ਅਸਲਾਮੁਅਲੈਕਮ, ਕੀ ਹਾਲ ਆ ਸਾਰੇ ਵੀਰ ਭਰਾ, ਠੀਕ ਹੋ? ਅੱਛਾ ਜੀ, ਬੜੇ ਲੋਕ ਕਮੈਂਟ ਕਰਦੇ ਪਏ ਸੀ ਕਿ 1 ਕਿਲੋ ਚਿਕਨ ਟਿੱਕੇ ਦੀ ਰੈਸਪੀ ਦੱਸੋ। ਆਓ ਜਨਾਬ, ਤੁਹਾਨੂੰ ਦੱਸਣ ਲੱਗੇ ਹਾਂ। ਸਿਰਫ 1 ਕਿਲੋ ਟਿੱਕਾ ਆਸਾਨੀ ਨਾਲ ਜਨਾਬ ਤੁਸੀਂ ਘਰ ਬਣਾ ਸਕਦੇ ਹੋ। 1 ਕਿਲੋ ਟਿੱਕਾ ਪਾਣੀ ਵਿੱਚ ਵੇਖ ਲਓ, ਇੰਨਾ ਇੰਨਾ ਪਾਣੀ ਦੇ ਵਿੱਚ ਪਾਲਣਾ ਕਿ ਮੁਰਗੀ ਜਿਹੜੀ ਆ ਡੁੱਬ ਜਾਵੇ ਪਾਣੀ। 1 ਚਮਚ ਪੂਰਾ ਭਰ ਕੇ ਨਮਕ ਦਾ ਇਹਨੂੰ ਲਾ ਦਿਓ। ਉਸ ਤੋਂ ਬਾਅਦ ਸਿਰਕਾ ਕੋਈ ਵੀ ਲੈ ਲਓ ਤੁਸੀਂ। ਇਹ ਸਾਡੇ ਕੋਲ ਰਾਇਤੇ ਵਾਲੇ ਬੋਲ ਨੇ, ਤੁਸੀਂ ਘਰ ਕੱਪ ਇਸਤੇਮਾਲ ਕਰ ਸਕਦੇ ਹੋ। 1 ਕੱਪ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਅਤੇ 15 ਮਿੰਟ ਤੱਕ ਇਹਨੂੰ ਪਿਆ ਰਹਿਣ ਦੇਣਾ, ਇਹਨੂੰ ਨਹੀਂ ਛੇੜਨਾ। ਆਓ ਹੁਣ ਤੁਹਾਨੂੰ ਅੱਗੇ ਰੈਸਪੀ ਦੱਸੀਏ। ਨਮਕ ਉਹਨੂੰ ਪਹਿਲਾਂ ਲੱਗਾ ਸੀ, ਹੁਣ ਮਸਾਲੇ ਦੇ ਵਿੱਚ ਭਰਨਾ ਨਹੀਂ ਚਮਚ, ਇਹ ਵੇਖ ਲਓ। ਇਹ ਫੂਡ ਕਲਰ ਚੌਥਾ ਹੀ ਥਾ ਚਮਚ ਦਾ, ਠੀਕ ਹੈ ਜੀ, ਤਾਂ ਕਿ ਕਲਰ ਆ ਜਾਂਦਾ ਟਿੱਕੇ ਨੂੰ। ਅੱਗੇ ਆ ਗਈ ਅਜਵਾਇਣ। ਅਜਵਾਇਣ ਜਨਾਬ ਇਹ ਵੀ 1/2 ਚਮਚ। 1 ਕਿਲੋ ਟਿੱਕੇ ਦੀ ਰੈਸਪੀ ਹੈ, ਠੀਕ ਹੈ। ਬਿਸਮਿਲਾ ਬਿਸਮਿਲਾ। ਲਓ ਜਨਾਬ, ਇਹ ਆ ਗਿਆ ਸਾਡੇ ਕੋਲ ਧਨੀਆ ਦਾਦੜ ਕੀਤਾ ਹੋਇਆ, ਇਹ 1.5 ਚਮਚ ਪਾਣਾ। ਬਿਸਮਿਲਾ। ਇਹ ਆ ਗਿਆ ਜੀ ਜ਼ੀਰਾ, ਇਹ ਵੀ 1.5 ਚਮਚ ਪਾਣਾ, ਠੀਕ ਹੈ। ਵੀਡੀਓ ਮੁਕੰਮਲ ਤੁਹਾਨੂੰ ਯੂਟਿਊਬ ਚੈਨਲ ਮੁਜ਼ੰਮਲ ਨਾਰੋਵਾਲ ਵਾਲਾ ਉਹਦੇ 'ਤੇ ਮਿਲੇਗੀ। ਟਿਕਟੋਕ 'ਤੇ ਸਿਰਫ ਸ਼ਾਰਟ ਹੋਏਗਾ 1-2 ਮਿੰਟ ਦਾ। ਅੱਗੇ ਆ ਗਈ ਜਨਾਬ ਪਿਸੀ ਮਿਰਚ ਸੁਰਖ, ਫੁੱਲ ਨਹੀਂ ਚਮਚ ਭਰਨਾ, ਇਹ 1 ਹੈ ਹੁੰਦਾ ਫੁੱਲ, ਲੇਕਿਨ ਇਹਨੂੰ ਇੰਝ ਕਰ ਲੈਣਾ ਥੋੜ੍ਹਾ ਹੌਲਾ ਹੋਏ। 1 ਚਮਚ ਇਹ ਡੁੱਲ ਗਿਆ। ਪਿਸੀ ਮਿਰਚ ਤੋਂ ਬਾਅਦ ਸਾਡੇ ਕੋਲ ਆ ਗਈ ਜਨਾਬ ਦਾਦੜ ਮਿਰਚ ਕੁੱਟੀ ਹੋਈ, 1 ਚਮਚ ਭਰ ਕੇ ਅਤੇ ਇਹ 1/2 ਕੁੱਤੇ। ਫੁੱਲ ਸਪਾਈਸੀ ਮਾਹੌਲ ਨਹੀਂ ਹੋਏਗਾ, ਲੇਕਿਨ ਟੇਸਟੀ ਬਣ ਜਾਏਗਾ ਇਨਸ਼ਾਅੱਲਾ। ਉਸ ਤੋਂ ਬਾਅਦ ਜਨਾਬ ਇਹ ਆ ਗਿਆ ਗਰਮ ਮਸਾਲਾ 1 ਚਮਚ। ਇਹ ਵੈਸੇ ਮੇਰਾ ਖੁਦ ਦਾ ਤਿਆਰ ਕੀਤਾ, ਇਹਦੀ ਰੈਸਪੀ ਵੀ ਇਨਸ਼ਾਅੱਲਾ ਤੁਹਾਨੂੰ ਦੱਸਾਂਗਾ। ਹੁੰਦੇ ਮਸਾਲੇ ਨੇ, ਲੇਕਿਨ ਉਹ ਕੋਈ 10-12 ਚੀਜ਼ਾਂ ਪਾ ਕੇ ਮਿਕਸ ਕਰੀ ਦੇ। 1 ਚਮਚ ਆ ਗਏ ਹਲਦੀ, ਭਰਨੇ ਨਹੀਂ, ਠੀਕ ਹੈ। ਅਤੇ ਬਾਕੀ ਯਾਰ ਤੁਹਾਡੀ ਮਿਹਰਬਾਨੀ ਆ, ਜੇ ਵੀਰ ਨੂੰ ਵੀਡੀਓ ਅੱਛੀ ਨਾ ਲੱਗੀ ਉਹ ਸਕਿੱਪ ਕਰ ਦਿਆ ਕਰੋ। ਕਮੈਂਟ ਜਿਹੜੇ ਨੇ ਯਾਰ ਉਹ ਐਡੇ ਨੈਗੇਟਿਵ ਨਾ ਕਰਿਆ ਕਰੋ, ਮਿਹਰਬਾਨੀ ਤੁਹਾਡੀ, ਠੀਕ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਜਨਾਬ 1 ਕੱਪ ਦਹੀਂ, ਮੈਂ ਵੈਸੇ ਰਾਇਤਾ ਯੂਜ਼ ਕਰ ਰਿਹਾ ਕਿਉਂਕਿ ਇਸ ਟਾਈਮ ਮੇਰੇ ਕੋਲ ਦਹੀਂ ਨਹੀਂ ਹੈ, ਅਤੇ ਵੀਡੀਓ ਮੈਂ ਕਿਹਾ ਚਲੋ 1 ਬਣਾ ਲਈਏ। 1.5 ਚਮਚ ਨਿੰਬੂ ਦਾ ਰਸ, 1 ਕੱਪ ਓਇਲ, ਔਰ 2 ਚਮਚ ਤੁਸੀਂ ਅਦਰਕ ਲਸਣ ਦੀ ਪੇਸਟ ਬਣਾ ਕੇ ਪਾ ਲੈਣੀ ਹੈ। ਇਹ ਸਿਰਫ ਤੁਹਾਨੂੰ ਵੀਡੀਓ ਦੱਸਣ ਵਾਸਤੇ, ਜਿਹੜਾ ਨਾ ਮਸਾਲੇ 1 ਕਿਲੋ ਦੇ ਦੱਸਣ ਵਾਸਤੇ ਕਰ ਰਹੇ ਹਾਂ। ਵੈਸੇ ਤੁਸੀਂ ਇਹ ਇੱਧਰ ਜ਼ਰਾ ਝਾਤੀ ਮਾਰੋ, ਇਹ ਮੇਰੇ ਕੋਲ 10 ਕਿਲੋ ਟਿੱਕਾ ਪਿਆ ਹੋਇਆ, ਮੈਂ ਫਿਰ ਇਹਨੂੰ ਜਦੋਂ ਇਕੱਠਾ ਬਣਾਉਣਾ ਉਦੋਂ ਇਕੱਠੀ ਪੇਸਟ ਲਾਵਾਂਗਾ, ਠੀਕ ਹੈ ਜੀ। ਇਹਨੂੰ ਅੱਛੀ ਤਰ੍ਹਾਂ ਕਰ ਲੈਣਾ ਮਿਕਸ। ਅਤੇ ਗੋਸ਼ਤ ਜਿਹੜਾ ਉਹਨੂੰ 15 ਮਿੰਟ ਪਾਣੀ 'ਚ ਰਹਿਣ ਦੇਣਾ ਨਮਕ ਸਿਰਕਾ ਲਾ ਕੇ, ਠੀਕ ਹੈ ਜੀ। ਉਸ ਤੋਂ ਬਾਅਦ ਉਹਨੂੰ ਕਿਸੇ ਛਾਨਣੇ 'ਚ ਜਾਂ ਕਿਸੇ ਬਰਤਨ 'ਚ ਟੋਕਰੀ 'ਚ ਕੱਢੋ, ਖੁਸ਼ਕ ਹੋ ਜਾਏਗਾ। ਅਤੇ ਖੁਸ਼ਕ ਹੋਣ ਤੋਂ ਬਾਅਦ ਇਹ ਮਸਾਲਾ ਉਹਦੇ 'ਤੇ ਲਾ ਕੇ ਤੁਸੀਂ 2 ਘੰਟੇ ਵਾਸਤੇ ਉਹਨੂੰ ਜਿਹੜਾ ਨਾ ਫਰਿੱਜ 'ਚ ਰੱਖ ਦੇਣਾ, ਮੈਂ ਮੈਕਸੀਮਮ 2 ਘੰਟੇ, ਵੱਧ ਤੋਂ ਵੱਧ ਤੁਸੀਂ 10 ਘੰਟੇ ਵੀ ਰੱਖ ਸਕਦੇ ਹੋ। ਅਤੇ ਨਾਰਮਲ ਟੈਂਪਰੇਚਰ 'ਤੇ ਰੱਖਣਾ, ਫਰੀਜ਼ ਨਹੀਂ ਕਰਨਾ, ਠੀਕ ਹੈ। ਉਸ ਤੋਂ ਬਾਅਦ ਜਨਾਬ ਤੁਸੀਂ ਸੀਖਾਂ 'ਤੇ ਲਾਓ ਅਤੇ ਇੰਜੋਏ ਕਰੋ। ਬਾਕੀ ਵੀਡੀਓ ਅੱਛੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ, ਅਤੇ ਮੇਰੇ ਚੈਨਲ ਯੂਟਿਊਬ ਜਿਹੜਾ ਮੁਜ਼ੰਮਲ ਨਾਰੋਵਾਲ ਵਾਲਾ, ਇਹ ਜਿਹੜਾ ਚੈਨਲ 'ਤੇ ਤੁਸੀਂ ਜਾ ਰਹੇ ਹੋ ਹੁਣ ਟਿਕਟੋਕ ਤੋਂ, ਇਹਨੂੰ ਜਨਾਬ ਚੰਗੀ ਤਰ੍ਹਾਂ ਸਬਸਕ੍ਰਾਈਬ ਵੀ ਕਰਨਾ, ਘੁੱਟ ਕੇ ਬੈਲ ਨੂੰ ਜਿਹੜਾ ਨਾ ਦਬਾਉਣਾ, ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਆਏ। ਬਾਕੀ ਸਾਰੇ ਭੈਣ ਭਰਾਵਾਂ ਨੂੰ ਲਵ ਯੂ ਹੋ ਗਿਆ।